ਤੁਸੀਂ ਘਰ ਦੇ ਸਿੱਟਣ ਵਾਲੇ ਸਮਾਨ ਦੇ ਨਾਲ ਇਹ ਸੋਹਣਾ ਜਿਹਾ ਪਾਣੀ ਛਿੜਕਣ ਵਾਲਾ ਯੰਤਰ ਬਣਾ ਸਕਦੇ ਹੋ, ਜਿਸ ਨੂੰ ਸਪ੍ਰਿੰਕਲਰ ਕਹਿੰਦੇ ਹਾਂ। ਇਸ ਨੂੰ ਬਣਾਉਣ ਲਈ ਤੁਹਾਨੂੰ ਕੁਝ ਪਾਈਪਾਂ, ਲਚੀਲੀ ਤਾਰਾਂ, ਡੰਡੀਆਂ, ਗੋਂਦ, ਸਾਈਕਲ ਦੀ ਤਾਰਾਂ ਦੀ ਲੋੜ ਪਏਗੀ। ਇੱਕ ਪਲਾਸਟਿਕ ਦੀ ਪਾਈਪ ਨੂੰ ਵਿੱਚੋਂ ਮੋੜੋ ਅਤੇ ਉਸ ਵਿੱਚ ਇੱਕ ਮੋਰੀ ਕਰੋ। ਇਸ ਮੋਰੀ ਦੇ ਦੋਵੇਂ ਪਾਸੇ 3-3 ਸੈਂਟੀਮੀਟਰ ਛੱਡ ਕੇ ਅੱਧਾ ਅੱਧਾ ਕੱਟ ਮਾਰੋ। ਹੁਣ ਪਾਈਪ ਦੇ ਦੋਵੇਂ ਸਿਰੇ ਆਪਸ ਵਿੱਚ ਮੋੜ ਕੇ ਇੱਕ ਤ੍ਰਿਕੋਣ ਬਣਾ ਲਓ ਅਤੇ ਉਸ ਨੂੰ ਟੇਪ ਲਾ ਕੇ ਜੋੜ ਲਓ। ਹੁਣ ਇੱਕ ਲਚੀਲੀ ਵਾਇਰ ਨੂੰ ਪੈਨ ਦੇ ਸਿੱਕੇ ਉੱਤੇ ਇਸ ਤਰ੍ਹਾਂ ਬਲੇਟੋ ਕਿ ਉਸਦਾ ਸਪਰਿੰਗ ਬਣ ਜਾਏ। ਇਸ ਸਪਰਿੰਗ ਨੂੰ ਸਿੱਕੇ ਤੋਂ ਬਾਹਰ ਕੱਢੋ ਅਤੇ ਉਸਦੇ ਦੋਵੇਂ ਸਿਰਿਆਂ ਨੂੰ ਮੋੜ ਕੇ ਹੈਂਡਲ ਬਣਾ ਲਓ। ਇਸ ਹੈਂਡਲ ਨੂੰ ਜ਼ੈੱਡ ਸ਼ੇਪ ਦਾ ਬਣਾਓ। ਇਸ ਹੈਂਡਲ ਨੂੰ ਇੱਕ ਪਾਈਪ ਦੇ ਨਾਲ ਟੇਪ ਲਾ ਕੇ ਜੋੜ ਲਓ। ਇਸ ਪਾਈਪ ਵਿੱਚੋਂ ਤੁਸੀਂ ਜਦੋਂ ਫੂਕ ਮਾਰੋਗੇ ਤਾਂ ਇਹ ਸਪਰਿੰਗ ਇੱਕ ਬੇਅਰਿੰਗ ਦਾ ਕੰਮ ਕਰੂਗਾ, ਜਿਸ ਦੇ ਵਿੱਚ ਇਹ ਸਪ੍ਰਿੰਕਲਰ ਘੁੰਮੂਗਾ। ਹੁਣ ਇੱਕ ਟਰਬਾਈਨ ਬਣਾਓ ਗੱਤੇ ਨੂੰ ਟੇਢਾ ਮੇਢਾ ਮੋੜ ਕੇ ਅਤੇ ਉਸ ਨੂੰ ਆਪਸ ਵਿੱਚ ਚਿਪਕਾ ਲਓ। ਹੁਣ ਇਸ ਟਰਬਾਈਨ ਨੂੰ ਸਾਈਕਲ ਦੀ ਤਾਰ ਨਾਲ ਚਿਪਕਾ ਲਓ। ਤੁਸੀਂ ਜਦੋਂ ਪਾਈਪ ਵਿੱਚੋਂ ਫੂਕ ਮਾਰੋਗੇ ਤਾਂ ਇਹ ਟਰਬਾਈਨ ਘੁੰਮੂਗੀ ਅਤੇ ਸਪ੍ਰਿੰਕਲਰ ਪਾਣੀ ਛਿੜਕੂਗਾ। ਜਿਸ ਤਰ੍ਹਾਂ ਵਿਖਾਇਆ ਗਿਆ ਹੈ ਇਹ ਸਪ੍ਰਿੰਕਲਰ ਘੁੰਮੂਗਾ ਅਤੇ ਪਾਣੀ ਛਿੜਕੂਗਾ। ਤੁਸੀਂ ਇਹਨੂੰ ਬਾਰ ਬਾਰ ਕਰਕੇ ਵੀ ਵੇਖ ਸਕਦੇ ਹੋ।